ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੇ ਅੱਜ ਦੀ ਵੀਡੀਓ ਉਹਨਾਂ ਲਈ ਹੈ ਜੋ ਔਰਗੈਨਿਕਲੀ ਵੇ ਨਾਲ ਆਪਣੇ ਇੰਸਟਾਗ੍ਰਾਮ ਦੇ ਫੋਲੋਅਰਸ ਵਧਾਉਣਾ ਚਾਹੁੰਦੇ ਨੇ। ਦੋਸਤੋ, ਤੁਹਾਨੂੰ ਮੈਂ ਇਸ ਵੀਡੀਓ ਵਿੱਚ ਦੱਸੂਗਾ ਕਿ ਕਿੱਦਾਂ ਤੁਸੀਂ ਐਪਲੀਕੇਸ਼ਨ ਜਾਂ ਕਿਸੇ ਵੀ ਵੈਬਸਾਈਟ ਦੀ ਹੈਲਪ ਤੋਂ ਬਿਨਾਂ ਆਪਣੇ ਇੰਸਟਾਗ੍ਰਾਮ ਦੇ ਫੋਲੋਅਰਸ ਵਧਾ ਸਕਦੇ ਹੋ। ਵੀਡੀਓ ਨੂੰ ਪੂਰਾ ਦੇਖਣਾ ਦੋਸਤੋ, ਤਾਂ ਹੀ ਤੁਹਾਨੂੰ ਸਮਝ ਦੇ ਵਿੱਚ ਆਊਗਾ। ਸਭ ਤੋਂ ਪਹਿਲਾਂ ਕਰਨਾ ਕੀ ਹੈ ਕਿ ਤੁਸੀਂ ਆਪਣੇ ਇੰਸਟਾਗ੍ਰਾਮ ਦੀ ਸਰਚ ਬਾਰ ਦੇ ਵਿੱਚ ਜਾਣਾ ਹੈ ਅਤੇ ਉੱਥੇ ਸਰਚ ਕਰਨਾ ਹੈ ਦਾ ਵਜ਼ਾਇਆ, TheVjaya। ਅਤੇ ਸਰਚ ਕਰਨ ਤੋਂ ਬਾਅਦ ਇਹ ਪ੍ਰੋਫਾਈਲ ਓਪਨ ਕਰ ਲੈਣਾ। ਜਿਵੇਂ ਤੁਸੀਂ ਦੇਖ ਸਕਦੇ ਹੋ, ਮੈਂ ਆਲਰੇਡੀ ਇਹਨੂੰ ਫੋਲੋ ਕੀਤਾ ਹੋਇਆ ਅਤੇ ਤੁਸੀਂ ਵੀ ਇਹਨੂੰ ਫੋਲੋ ਕਰ ਲੈਣਾ। ਫੋਲੋ ਕਰਨ ਤੋਂ ਬਾਅਦ ਇਹਦੀ ਫੋਲੋਇੰਗ ਲਿਸਟ ਤੁਸੀਂ ਓਪਨ ਕਰ ਲੈਣਾ ਅਤੇ ਉਹਦੇ ਵਿੱਚੋਂ ਤੁਸੀਂ 17 ਜਾਂ 18 ਅਕਾਊਂਟਸ ਨੂੰ ਫੋਲੋ ਕਰ ਦੇਣਾ। ਅਤੇ ਦੋਸਤੋ, ਫੋਲੋ ਕਰਨ ਤੋਂ ਬਾਅਦ ਤੁਸੀਂ 15-20 ਮਿੰਟ ਦਾ ਵੇਟ ਕਰਨਾ ਅਤੇ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਕਿ 15-20 ਮਿੰਟ ਤੋਂ ਬਾਅਦ ਤੁਹਾਨੂੰ ਲੋਕ ਫੋਲੋ ਕਰਨ ਲੱਗ ਜਾਣਗੇ। ਅਤੇ ਇਹੀ ਪ੍ਰੋਸੈਸ ਤੁਸੀਂ ਦੁਹਰਾ ਸਕਦੇ ਹੋ ਘੰਟੇ ਬਾਅਦ, ਯਾਨੀ ਘੰਟੇ ਬਾਅਦ ਇਹ ਪ੍ਰੋਫਾਈਲ ਓਪਨ ਕਰੋ ਅਤੇ ਇਹਨਾਂ ਦੀ ਫੋਲੋਇੰਗ ਲਿਸਟ 'ਚ ਜਾਓ। ਜਿਨ੍ਹਾਂ ਨੂੰ ਤੁਸੀਂ ਪਹਿਲਾਂ ਫੋਲੋ ਕੀਤਾ ਹੋਇਆ ਉਹਨਾਂ ਨੂੰ ਇੱਕ ਵਾਰੀ ਅਨਫੋਲੋ ਕਰੋ, 5-7 ਮਿੰਟ ਦਾ ਵੇਟ ਕਰੋ ਅਤੇ ਦੁਬਾਰਾ ਫਿਰ ਉਹਨਾਂ ਨੂੰ ਫੋਲੋ ਕਰ ਦਵੋ। ਇਹ ਪ੍ਰੋਸੈਸ ਤੁਸੀਂ ਹਰੇਕ ਘੰਟੇ 2 ਘੰਟੇ ਬਾਅਦ ਕਰ ਸਕਦੇ ਹੋ ਅਤੇ ਦਿਨ ਦੇ ਵਿੱਚ ਤੁਸੀਂ 30 ਤੋਂ ਲੈ ਕੇ 35 ਫੋਲੋਅਰਸ ਈਜ਼ੀਲੀ ਗੇਨ ਕਰ ਸਕਦੇ। ਇਸ ਤੋਂ ਇਲਾਵਾ ਦੋਸਤੋ, ਇੱਕ ਹੋਰ ਆਸਾਨ ਤਰੀਕਾ ਹੈ, ਉਸ ਦੇ ਵਿੱਚ ਤੁਸੀਂ ਕੀ ਕਰਨਾ ਕਿ ਸਰਚ ਬਾਰ ਦੇ ਵਿੱਚ ਜਾ ਕੇ ਹੈਸ਼ਟੈਗ ਫੋਲੋ ਬੈਕ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਚੈੱਕ ਕਰਨਾ ਰੀਸੈਂਟ ਪੋਸਟ 'ਤੇ ਕਲਿੱਕ ਕਰਨਾ ਅਤੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਿਹਨਾਂ ਕਿਹਨਾਂ ਨੇ ਰੀਸੈਂਟ ਪੋਸਟ ਪਾਈ ਹੋਈ ਹੈ। ਜਿਨ੍ਹਾਂ ਨੇ ਵੀ ਰੀਸੈਂਟ ਪੋਸਟ ਪਾਈ ਹੋਈ ਉਹਨਾਂ ਦੀ ਪ੍ਰੋਫਾਈਲ ਤੁਸੀਂ ਓਪਨ ਕਰਨਾ, ਪਿਕ ਲਾਈਕ ਕਰਨਾ ਅਤੇ ਕਮੈਂਟ ਜ਼ਰੂਰ ਕਰ ਦੇਣਾ ਉਹਦੀ ਪਿਕ ਦੇ ਥੱਲੇ ਕਿ ਮੈਂ ਤੁਹਾਨੂੰ ਫੋਲੋ ਕਰ ਲਿਆ ਅਤੇ ਹੁਣ ਤੁਸੀਂ ਮੈਨੂੰ ਫੋਲੋ ਕਰੋ। ਇਹਦੇ ਨਾਲ ਉਹ ਤੁਹਾਨੂੰ ਜ਼ਰੂਰ ਫੋਲੋ ਕਰੂਗਾ ਅਤੇ ਇਸ ਤਰੀਕੇ ਨਾਲ, ਦੋਵਾਂ ਤਰੀਕੇ ਨਾਲ ਤੁਸੀਂ ਡੇਲੀ ਆਪਣੇ 20 ਤੋਂ ਲੈ ਕੇ 25 ਤੱਕ ਫੋਲੋਅਰਸ ਈਜ਼ੀਲੀ ਗੇਨ ਕਰ ਸਕਦੇ ਹੋ। ਅਤੇ ਇਹ ਚੀਜ਼ ਮੈਂ ਵੀ ਟਰਾਈ ਕੀਤਾ, ਕਾਫੀ ਆਸਾਨ ਹੈ। ਅਤੇ ਦੋਸਤੋ, ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਅਤੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਮੈਨੂੰ ਸਪੋਰਟ ਕਰਨਾ, ਅਤੇ ਮੈਂ ਇੱਦਾਂ ਦੀਆਂ ਹੀ ਹੋਰ ਨਵੀਆਂ ਵੀਡੀਓਜ਼ ਤੁਹਾਡੇ ਕੋਲ ਲੈ ਕੇ ਆਉਂਦਾ ਰਹੂੰਗਾ। ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।